ਇਹਨਾਂ ਕਰਵਾਈਏ ਕਿਉਂਕਿ ਜਿੰਨੇ ਪੰਜਾਬ ਦੇ ਵਿੱਚ ਵੱਡੇ ਇਤਿਹਾਸ ਨੂੰ ਕੁਸ਼ਤੀ ਦੰਦਲ ਕਰਵਾਏ ਜਾਂਦੇ ਨੇ ਸਭ ਤੋਂ ਪਹਿਲਾਂ ਝੰਡੀ ਵਾਲੇ ਪਹਿਲਵਾਨਾਂ ਦਾ ਕੇੜਾ ਕਰਵਾਇਆ ਜਾਂਦਾ ਤੇ ਬਾਅਦ ਦੇ ਵਿੱਚ ਇਹਨਾਂ ਦੀ ਕੁਸ਼ਤੀ ਕਰਵਾਈ ਜਾਂਦੀ ਹੈ ਮੈਂ ਝੰਡੀ ਵਾਲੇ ਪਹਿਲਵਾਨਾਂ ਨੂੰ ਬੇਨਤੀ ਕਰਦਾ ਅਖਾੜੇ ਪਾਸੇ ਨੂੰ ਜਾ ਕੇ ਹੱਥ ਜਿਹੜੀ ਕਰ ਕਮਲ ਜੀਤ ਪਹਿਲਵਾਨ ਟੂਮ ਸਿੰਘ ਆਓ ਜੀ ਸ਼ਿੰਦਾ ਪਹਿਲਵਾਨ ਜੀ ਨਾਰਗਵਾਲ ਧੰਨ ਸਿੰਘ ਪਹਿਲਵਾਨ ਦਾ ਸਪੁੱਤਰ ਹੈ ਸੁਰਗਵਾਸੀ ਕਰਨ ਸਿੰਘ ਪਹਿਲਵਾਨ ਦਾ ਭਤੀਜਾ ਬਈ ਵਿਰਸੇ ਤੋਂ ਮਿਲੀ ਹੈ ਭਰਵਾਨੀ ਕਮਲੇਸ਼ ਪਹਿਲਵਾਨ ਦਾ ਤਿਆਰ ਕੀਤਾ ਪਹਿਲਵਾਨ ਹੈ ਝੰਡੀ ਵਾਲੇ ਪਹਿਲਵਾਨ ਖਾੜੇ ਪਾਸੇ ਜਾ ਕੇ ਹੱਥ ਜੋੜੀ ਕਰੋ ਜੀ ਰਮਾਨੀ ਲਾ ਕੇ ਸਟੇਜ ਕਰਕੇ ਆ ਜਾਓ ਬਾਬਾ ਜੀ ਦੇ ਸੇਵਕ ਪੰਚਾਇਤ ਰੂਪ ਵਿੱਚ ਤੁਹਾਡਾ ਗੇੜਾ ਕਰਵਾਇਆ ਜਾਣਾ ਤੇ ਬਾਅਦ ਵਿੱਚ ਤੁਹਾਡੀ ਕੁਸ਼ਤੀ ਕਰਵਾਈ ਜਾਣੀ ਹੈ ਇੱਕ ਵਾਰ ਜੋਰ ਨਾਲ ਤਾੜੀ ਮਾਰੋ ਝੰਡੀ ਵਾਲੇ ਪਹਿਲਵਾਨ ਅੱਜ ਅਸੀਂ ਦੋਨੋਂ ਪਹਿਲਵਾਨ ਇੱਥੇ ਅੱਜ ਕਿਹੜੇ ਲਈ ਕਿਉਂਕਿ ਮੌਸਮ ਜਿਹੜਾ ਠੰਡਾ ਹੈ ਅੱਜ